ਅੰਦੋਲਨ ਦੇ ਕਿਸਾਨ ਹੋਰ ਸ਼ਹੀਦ ਹੋਇਆ ਵਾ। ਦਰਸ਼ਨ ਸਿੰਘ ਪੁੱਤਰ ਜਰਨੈਲ ਸਿੰਘ, ਪਿੰਡ ਅਮਰਗੜ੍ਹ, ਜ਼ਿਲ੍ਹਾ ਬਠਿੰਡਾ। ਉਹਨਾਂ ਦੀ ਉਮਰ ਹੈਗੀ 62 ਸਾਲ ਅਤੇ ਇਸ ਵੇਲੇ ਉਹਨਾਂ ਦੀ ਬੋਡੀ ਇਸ ਹਸਪਤਾਲ 'ਚ ਅਤੇ ਹਾਰਟ ਅਟੈਕ ਨਾਲ ਉਹਨਾਂ ਦੀ ਮੌਤ ਹੋਈ ਆ। ਠੀਕ ਆ, ਇਹਦੇ ਲਈ ਵੀ ਡਿਮਾਂਡ ਕਰਦੇ ਹਾਂ, ਇਹਦੇ ਲਈ ਵੀ ਸੇਮ ਟੂ ਸੇਮ ਜਿਵੇਂ ਪਹਿਲੇ ਜਿਹੜੇ ਅੰਦੋਲਨ 'ਚ ਹੋਏ ਸ਼ਹੀਦਾਂ ਪ੍ਰਤੀ ਹੈਗਾ। ਹਾਂ, ਉਹਨਾਂ ਨੂੰ 5 ਲੱਖ ਰੁਪਈਆ ਉਹਨਾਂ ਦੇ ਇੱਕ ਜਿਹਨੂੰ ਨੌਕਰੀ ਦੀ ਗੱਲ ਹੋਈ ਹੋਈ ਆ। ਹਾਂ ਨਹੀਂ, ਦੋਵਾਂ ਨੂੰ, ਪਹਿਲਿਆਂ ਨੂੰ। ਆਹ ਤਾਂ ਹੁਣ ਤੀਜਾ ਹੈਗਾ, ਨਹੀਂ ਇਹ ਕਨਫਰਮ ਕਰਦੇ ਹਾਂ ਵੀ ਮਿਲਿਆ ਕਿ ਨਹੀਂ ਮਿਲਿਆ। ਜਿਹੜਾ ਐਲਾਨ ਹੋਇਆ ਕਮੇਟੀ ਬਣਾਈ ਗਈ ਹੈ ਗੱਲਬਾਤ ਕਰਨ ਦੇ ਲਈ, ਬਿਲਕੁਲ ਜਦੋਂ ਸਾਡੇ ਕੋਲ ਪ੍ਰਸਤਾਵ ਆਊਗਾ ਇਹ ਖੁੱਲੇ ਦਿਲ ਨਾਲ। ਬੰਦੇਰ ਸਾਹਿਬ, ਜਿਹੜਾ 1 ਕਰੋੜ ਰੁਪਈਆ ਅਨਾਊਂਸ ਕੀਤਾ ਗਿਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਮੈਂ ਹਾਲੇ ਆਗੂਆਂ ਨਾਲ ਗੱਲ ਕਰਕੇ ਹਾਂ, ਇਹ ਮਾੜੀ ਗੱਲ ਹੈ। ਜਿੱਦਾਂ ਪਟਿਆਲੇ ਵਿੱਚ, ਹਰਿਆਣੇ ਵਿੱਚ ਧੱਕਾ ਕੀਤਾ, ਨੋਟਿਸ ਦਿੱਤਾ ਗਿਆ, ਜਿਹੜਾ ਉਹਦੇ ਚਸਪਾ ਕੀਤਾ ਗਿਆ, ਬਿਲਕੁਲ ਇਹ ਜਮਹੂਰੀਅਤ ਦਾ ਘਾਣ ਆ। ਇਸੇ ਕਰਕੇ UNO ਦੀ ਆਪਣਾ ਪਾਰਲੀਮੈਂਟ ਦੇ ਵਿੱਚ ਜਿਵੇਂ ਮੁੱਦਾ ਉੱਠ ਰਿਹਾ, ਇਹ ਭਾਰਤ ਦੀ ਛਵੀ ਕੇਂਦਰ ਸਰਕਾਰ ਦੀ ਪਾਲਿਸੀ ਕਰਕੇ ਬਦਨਾਮ ਹੋ ਰਹੀ ਹੈ। ਨਿੰਦਾ ਕਰਦੇ ਦੇਖੋ, ਅਜੇ ਉਹਦੇ ਬਾਰੇ ਕਨਫਰਮੇਸ਼ਨ ਨਹੀਂ ਹੈਗੀ। ਨਹੀਂ ਦੇਖੋ, ਇਹ ਸਾਰੀ ਪ੍ਰਸਥਿਤੀ ਤੇ ਜਾਇਜ਼ੇ ਲੈ ਰਹੇ ਹਾਂ। ਆਪਾਂ ਠੀਕ ਹੈ, ਜੇ ਉਹਨਾਂ ਨੇ ਰਾਸ਼ੀ ਦਿੱਤੀ ਆ, ਫਿਰ ਵੀ ਗੱਲ ਸਾਰੀ ਤੇ ਵਿਚਾਰਦੇ ਹਾਂ। ਅੰਦੋਲਨ ਦੇ ਕਿਸਾਨ ਹੋਰ ਸ਼ਹੀਦ ਹੋਇਆ ਵਾ। ਦਰਸ਼ਨ ਸਿੰਘ ਪੁੱਤਰ ਜਰਨੈਲ ਸਿੰਘ, ਪਿੰਡ ਅਮਰਗੜ੍ਹ, ਜ਼ਿਲ੍ਹਾ ਬਠਿੰਡਾ। ਉਹਨਾਂ ਦੀ ਉਮਰ ਹੈਗੀ 62 ਸਾਲ ਅਤੇ ਇਸ ਵੇਲੇ ਉਹਨਾਂ ਦੀ ਬੋਡੀ ਇਸ ਹਸਪਤਾਲ 'ਚ ਅਤੇ ਹਾਰਟ ਅਟੈਕ ਨਾਲ ਉਹਨਾਂ ਦੀ ਮੌਤ ਹੋਈ ਆ। ਠੀਕ ਆ, ਇਹਦੇ ਲਈ ਵੀ ਡਿਮਾਂਡ ਕਰਦੇ ਹਾਂ। ਹਾਂ, ਇਹਦੇ ਲਈ ਵੀ ਸੇਮ ਟੂ ਸੇਮ ਜਿਵੇਂ ਪਹਿਲੇ ਜਿਹੜੇ ਅੰਦੋਲਨ 'ਚ ਹੋਏ ਸ਼ਹੀਦਾਂ ਪ੍ਰਤੀ ਹੈਗਾ। ਹਾਂ, ਉਹਨਾਂ ਨੂੰ 5 ਲੱਖ ਰੁਪਈਆ ਉਹਨਾਂ ਦੇ ਇੱਕ ਜਿਹਨੂੰ ਨੌਕਰੀ ਦੀ ਗੱਲ ਹੋਈ ਹੋਈ ਹੈ। ਹਾਂ ਨਹੀਂ, ਦੋਵਾਂ ਨੂੰ, ਪਹਿਲਿਆਂ ਨੂੰ। ਆਹ ਤਾਂ ਹੁਣ ਤੀਜਾ ਹੈਗਾ, ਨਹੀਂ ਇਹ ਕਨਫਰਮ ਕਰਦੇ ਹਾਂ ਵੀ ਮਿਲਿਆ ਕਿ ਨਹੀਂ ਮਿਲਿਆ। ਜਿਹੜਾ ਐਲਾਨ ਹੋਇਆ ਕਮੇਟੀ ਬਣਾਈ ਗਈ ਹੈ ਗੱਲਬਾਤ ਕਰਨ ਦੇ ਲਈ, ਬਿਲਕੁਲ ਜਦੋਂ ਸਾਡੇ ਕੋਲ ਪ੍ਰਸਤਾਵ ਆਊਗਾ ਇਹ ਖੁੱਲੇ ਦਿਲ ਨਾਲ। ਜਿਹੜਾ 1 ਕਰੋੜ ਰੁਪਈਆ ਅਨਾਊਂਸ ਕੀਤਾ ਗਿਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਮੈਂ ਹਾਲੇ ਆਗੂਆਂ ਨਾਲ ਗੱਲ ਕਰਕੇ ਸੁਣਦਾ। ਹਾਂ, ਇਹ ਮਾੜੀ ਗੱਲ ਹੈ। ਜਿੱਦਾਂ ਪਟਿਆਲੇ ਵਿੱਚ, ਹਰਿਆਣੇ ਵਿੱਚ ਧੱਕਾ ਕੀਤਾ, ਨੋਟਿਸ ਦਿੱਤਾ ਗਿਆ, ਜਿਹੜਾ ਉਹਦੇ ਚਸਪਾ ਕੀਤਾ ਗਿਆ, ਬਿਲਕੁਲ ਇਹ ਜਮਹੂਰੀਅਤ ਦਾ ਘਾਣ ਆ। ਇਸੇ ਕਰਕੇ UNO ਦੀ ਆਪਣਾ ਪਾਰਲੀਮੈਂਟ ਦੇ ਵਿੱਚ ਜਿਵੇਂ ਮੁੱਦਾ ਉੱਠ ਰਿਹਾ, ਇਹ ਭਾਰਤ ਦੀ ਛਵੀ ਕੇਂਦਰ ਸਰਕਾਰ ਦੀ ਪਾਲਿਸੀ ਕਰਕੇ ਬਦਨਾਮ ਹੋ ਰਹੀ ਹੈ। ਨਿੰਦਾ ਕਰਦੇ ਦੇਖੋ, ਅਜੇ ਉਹਦੇ ਬਾਰੇ ਕਨਫਰਮੇਸ਼ਨ ਨਹੀਂ ਹੈਗੀ। ਨਹੀਂ ਦੇਖੋ, ਇਹ ਸਾਰੀ ਪ੍ਰਸਥਿਤੀ ਤੇ ਜਾਇਜ਼ੇ ਲੈ ਰਹੇ ਹਾਂ। ਆਪਾਂ ਠੀਕ ਹੈ, ਜੇ ਉਹਨਾਂ ਨੇ ਰਾਸ਼ੀ ਦਿੱਤੀ ਆ, ਫਿਰ ਵੀ ਗੱਲ ਸਾਰੀ ਤੇ ਵਿਚਾਰਦੇ ਹਾਂ।